हाँ जी दोस्तों, सत श्री अकाल जी। आशा करता तुसीं सारे ही वीर जी तंदुरुस्त होवोंगे। दोस्तों, जो हुण दी वीडियो तुहाडे लई लै के हाजिर होए हां, इह हैगी जी आयुष्मान भारत मुख मंत्री सिहत बीमा योजना, यानी कि जो कि आयुष्मान भारत स्कीम आ, जिस दे तहत की है जी सरकार वल्लों स्कीम चलाई गई है, जिस दे तहत तुहानू की 5 लाख तक दा डाक्टरी इलाज होना तुहाडा फ्री च। ठीक है जी, तां इस कार्ड दे जरिए आपां दोस्तों 5 लाख दा जिहड़ा डाक्टरी सहूलत लै सकदे हां। ਤਾਂ ਅੱਜ ਦੱਸਾਂਗੇ ਕਿਸ ਤਰ੍ਹਾਂ ਇਹ ਕਾਰਡ ਬਣਾ ਸਕਦੇ ਹਾਂ। ਠੀਕ ਹੈ ਜੀ, ਇਹ ਕਾਰਡ ਬਣਾਉਣ ਦਾ ਦੋਸਤੋ ਦੋ ਤਰੀਕੇ ਨਾਲ ਬਣੂਗਾ। ਇੱਕ ਤਾਂ ਤੁਸੀਂ ਕੀ ਆ ਕਿਸੇ ਵੀ ਸਰਕਾਰੀ ਹੋਸਪਿਟਲ ਵਿਜ਼ਿਟ ਕਰਕੇ ਬਣਾ ਸਕਦੇ, ਦੂਸਰਾ ਕਿਸੇ ਵੀ CSC ਸੈਂਟਰ ਜੀ, ਕੋਮਨ ਸਰਵਿਸ ਸੈਂਟਰ, ਠੀਕ ਹੈ ਜੀ, ਉੱਥੇ ਵੀ ਜਾ ਕੇ ਤੁਸੀਂ ਬਣਵਾ ਸਕਦੇ ਹੋ। ਅਤੇ ਜਿਹੜੇ ਕਾਰਡ ਨੇ ਜੀ, ਮੈਂ ਇਹ ਜਿਹੜੇ ਕਾਰਡ ਨੇ ਜੀ, ਇਹ ਜਿਹੜੇ ਬਣਨਗੇ, ਇੱਕ ਤਾਂ ਜਿਨ੍ਹਾਂ ਦੇ ਆਧਾਰ ਕਾਰਡ ਮਤਲਬ ਰਾਸ਼ਨ ਕਾਰਡ ਬਣੇ ਹੋਏ ਨੇ ਜੀ, ਉਹਨਾਂ ਵੀਰਾਂ ਦੇ ਬਣਨਗੇ। ਠੀਕ ਹੈ ਜੀ, ਰਾਸ਼ਨ ਕਾਰਡ ਜਿਹੜੇ ਚੱਲ ਰਹੇ ਨੇ, ਠੀਕ ਆ ਜੀ, ਰਾਸ਼ਨ ਕਾਰਡ ਕੱਟਿਆ ਨਹੀਂ ਹੋਣਾ ਚਾਹੀਦਾ, ਰਾਸ਼ਨ ਕਾਰਡ ਜਿਹੜਾ ਤੁਹਾਡਾ ਚੱਲ ਰਿਹਾ, ਠੀਕ ਆ ਜੀ। ਅਤੇ ਦੂਸਰਾ ਜੀ, ਇਹ ਉਹਨਾਂ ਦੇ ਬਣਨਗੇ ਜਿਨ੍ਹਾਂ ਦਾ ਜੇ ਫਾਰਮ ਦੇ ਨਾਮ ਨਾਲ ਅਟੈਚ ਹੈਗਾ, ਠੀਕ ਆ ਜੀ, ਉਹਨਾਂ ਦੇ ਇਹ ਬਣਨਗੇ ਕਾਰਡ, ਜਿਨ੍ਹਾਂ ਦੇ ਨਾਮ ਜਿਹੜਾ ਜੇ ਫਾਰਮ ਦੇ ਨਾਲ ਅਟੈਚ ਹੈਗਾ। ਠੀਕ ਹੈ, ਸਿਹਤ ਬੀਮਾ ਯੋਜਨਾ ਇਹ ਬਹੁਤ ਵਧੀਆ ਸਕੀਮ ਆ ਜੀ ਪੰਜਾਬ ਸਰਕਾਰ ਦੀ। ਠੀਕ ਆ ਜੀ, ਇਹਦੇ ਤਹਿਤ ਤੁਸੀਂ ਲਾਭ ਲੈ ਸਕਦੇ ਹੋ ਜੀ। ਆ ਦੇਖੋ, ਹਰ ਲਾਭਪਾਤਰੀ ਪਰਿਵਾਰ ਨੂੰ ਕਿ ਸਾਲਾਨਾ 5 ਲੱਖ ਰੁਪਏ ਦੇ ਮੁਫਤ ਇਲਾਜ ਦੀ ਕਾਰਡ ਦੇਣ ਦੀ ਸੁਵਿਧਾ ਹੈਗੀ ਹੈ ਜੀ। 900 ਤੋਂ ਵੱਧ ਸੂਚੀਬੱਧ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲ ਸ਼ਾਮਿਲ ਨੇ। ਇਸ ਦੇ ਵਿੱਚ ਕੀ 900 ਤੋਂ ਵੱਧ ਜਿਹੜੇ ਸੂਚੀਬੱਧ ਪ੍ਰਾਈਵੇਟ ਹਸਪਿਟਲ ਨੇ ਜੀ, ਸਰਕਾਰੀ ਦੇਖੋ ਹੈਗੇ ਨੇ, ਠੀਕ ਹੈ ਜੀ, ਜਿਸ ਦੇ ਤਹਿਤ ਤੁਹਾਨੂੰ ਮੁਫਤ ਦਾਖਲੇ ਯਾਨੀ ਕਿ ਮੁਫਤ ਇਲਾਜ ਤੁਹਾਡਾ ਹੋਣਾ ਗਾ। ਦਿਲ ਦੀਆਂ ਬਿਮਾਰੀਆਂ ਜਿਵੇਂ ਕੈਂਸਰ, ਡਾਇਲਿਸਿਸ, ਗੋਡੇ ਚੂਲੇ ਵਧਣ ਦੇ 1589 ਵੱਖ ਵੱਖ ਬਿਮਾਰੀਆਂ ਇਸ ਦੇ ਕਾਰਡ ਦੇ ਵਿੱਚ ਜਿਹੜਾ ਇਲਾਜ ਆ ਉਹ ਤੁਸੀਂ ਕਰਵਾ ਸਕਦੇ ਹੋ। ਠੀਕ ਆ ਜੀ, ਇਹਦਾ ਤੁਹਾਨੂੰ ਮੈਂ ਦੱਸ ਦਿੱਤਾ। ਹੁਣ ਜਿਹੜੀ ਅਗਲੀ ਗੱਲ ਇਹ ਹੈ ਜੀ ਕਿ ਆਪਾਂ ਚੈੱਕ ਕਿਵੇਂ ਕਰੀਏ ਆਪਣਾ ਜਿਹੜਾ ਕਾਰਡ ਬਣੂਗਾ, ਆਪਾਂ ਸਕੀਮ ਦੇ ਤਹਿਤ ਆਉਂਦੇ ਹਾਂ। ਠੀਕ ਆ ਜੀ, ਜ਼ਰੂਰੀ ਨਹੀਂ ਵੀ ਹਰ ਇੱਕ ਦਾ ਕਾਰਡ ਬਣੇ, ਠੀਕ ਆ ਜੀ। ਤਾਂ ਉਸ ਦੇ ਲਈ ਕੀ ਹੈ, ਤੁਸੀਂ ਸਭ ਤੋਂ ਪਹਿਲਾਂ ਜੀ ਇਹ ਵੈਬਸਾਈਟ 'ਤੇ ਆ ਜਾਣਾ ਜੀ, ਤਾਂ ਨਾਮ ਤੁਸੀਂ ਦੇਖ ਲਓ shah.punjab.gov.in, ਠੀਕ ਆ ਜੀ, ਜਾਂ ਤੁਸੀਂ ਗੂਗਲ 'ਚ ਵੀ ਸਰਚ ਕਰ ਸਕਦੇ ਹੋ ਜੀ, ਇਸ ਤਰ੍ਹਾਂ ਗੂਗਲ ਆ ਗਿਆ, ਇੱਥੇ ਸਰਚ ਕਰੋਗੇ ਸ਼ਾਹ ਪੰਜਾਬ, ਠੀਕ ਆ ਜੀ, ਇਸ ਤਰ੍ਹਾਂ ਸਰਚ ਕਰੋਗੇ ਤਾਂ ਤੁਹਾਡੇ ਸਾਹਮਣੇ ਜਿਹੜੀ ਪਹਿਲੀ ਆਪਸ਼ਨ ਆਊਗੀ ਜੀ, ਠੀਕ ਆ ਜੀ, ਯਾਨੀ ਕਿ ਲਿੰਕ ਆਊ, ਉਸ 'ਤੇ ਕਲਿੱਕ ਕਰੋਗੇ ਤਾਂ ਤੁਹਾਡੇ ਸਾਹਮਣੇ ਯਾਨੀ ਕਿ ਇੱਕ ਨਵੀਂ ਵੈਬਸਾਈਟ ਆਉਣੀ ਹੈ ਜੀ। ਠੀਕ ਆ ਜੀ, ਇਸ 'ਤੇ ਕਲਿੱਕ ਕਰਨ ਤੋਂ ਬਾਅਦ ਤਾਂ ਉਹ ਵੈਬਸਾਈਟ 'ਤੇ ਜਾ ਕੇ ਆਪਾਂ ਜਿਹੜੇ ਕਾਰਡ ਨੇ ਇਹ ਬਣਾ ਸਕਦੇ ਹਾਂ ਜੀ। ਆਹ ਦੇਖੋ ਆ ਗਈ, ਤਾਂ ਹੁਣ ਇੱਥੇ ਜਿਹੜੀ ਤੁਹਾਨੂੰ ਮੈਂ ਦੋ ਤਿੰਨ ਗੱਲਾਂ ਧਿਆਨ ਨਾਲ ਸੁਣ ਲਓ। ਤਾਂ ਸਭ ਤੋਂ ਪਹਿਲਾਂ ਤੁਸੀਂ ਜਦੋਂ ਇਸ ਆਪਸ਼ਨ 'ਤੇ ਆਉਣਾ ਜੀ, ਹੋਮ 'ਚ ਆਉਣ ਤੋਂ ਬਾਅਦ ਇੱਥੇ ਲਿਖਿਆ ਹੈਗਾ ਚੈੱਕ ਐਲੀਜੀਬਿਲਿਟੀ, ਤੁਸੀਂ ਚੈੱਕ ਐਲੀਜੀਬਿਲਿਟੀ 'ਤੇ ਕਲਿੱਕ ਕਰੋਗੇ, ਤੁਹਾਡੇ ਸਾਹਮਣੇ ਇੱਕ ਨਵਾਂ ਜਿਹੜਾ ਪੇਜ ਆ ਉਹ ਲੋਡ ਹੋ ਰਿਹਾ ਜੀ। ਠੀਕ ਆ, ਇੱਥੇ ਯਾਨੀ ਕਿ ਜੇਕਰ ਹਰ ਇੱਕ ਕੈਂਡੀਡੇਟ, ਦੇਖੋ ਆਧਾਰ ਕਾਰਡ ਤਾਂ ਹੁੰਦੀ ਆ, ਆਧਾਰ ਕਾਰਡ ਦੇ ਮਾਧਿਅਮ ਨਾਲ ਆਪਾਂ ਬੰਦੇ ਦੀ ਐਲੀਜੀਬਿਲਿਟੀ ਚੈੱਕ ਕਰ ਸਕਦੇ ਹਾਂ ਵੀ ਉਹ ਕਾਰਡ ਬਣਾਉਣ ਯੋਗ ਹੈ ਜਾਂ ਨਹੀਂ। ਠੀਕ ਆ ਜੀ, ਸਾਈਡ ਦਾ ਕੋਈ ਇਸ਼ੂ ਚੱਲ ਰਿਹਾ, ਚਲੋ ਚੱਲ ਵੀ ਸਾਈਡ ਤੁਹਾਨੂੰ ਦੱਸ ਰਿਹਾ। ਤਾਂ ਇੱਥੇ ਤੁਸੀਂ ਜਿਸ ਵੀ ਪਰਿਵਾਰ ਦਾ ਰਾਸ਼ਨ ਕਾਰਡ ਨੰਬਰ ਭਰ ਸਕਦੇ ਹੋ ਜੀ, ਕਿਹਦਾ ਪੈਨ ਕਾਰਡ ਨੰਬਰ ਜੀ, ਰਜਿਸਟ੍ਰੇਸ਼ਨ ਆਈ ਡੀ, ਯਾਨੀ ਕਿ ਤੁਸੀਂ ਦੋਸਤੋ ਸੌਖਾ ਢੰਗ ਆ ਜੀ ਆਧਾਰ ਕਾਰਡ ਨੰਬਰ ਭਰ ਕੇ ਦੇਖ ਲਿਆ ਕਰੋ। ਠੀਕ ਆ ਜੀ, ਇਹ ਨੰਬਰ ਪੈਨ ਕਾਰਡ ਦਾ ਰਾਸ਼ਨ ਕਾਰਡ ਇਹ ਭਰ ਸਕਦੇ ਹੋਗੇ, ਅਤੇ ਨੰਬਰ ਭਰ ਤੋਂ ਬਾਅਦ ਕੈਪਚਾ ਭਰ ਤੋਂ ਬਾਅਦ ਤੁਸੀਂ ਇੱਥੇ ਜੀ ਸਰਚ ਕਰ ਲੈਣਾ, ਜੇਕਰ ਕਾਰਡ ਰਿਕਾਰਡ 'ਚ ਬੈਨੀਫਿਸ਼ਰੀ ਬਣੀ ਹੋਈ ਹੈ ਜੀ ਸਾਈਡ 'ਤੇ, ਠੀਕ ਆ ਪਰਸਨ ਦੀ, ਤਾਂ ਇੱਥੇ ਤੁਹਾਨੂੰ ਆ ਜਾਵੇ ਬੰਦੇ ਦਾ ਜਿਹੜਾ ਕਾਰਡ ਬਣੂਗਾ ਜੀ, ਉਹਦੀ ਡਿਟੇਲਸ ਆ ਜੂਗੀ। ਠੀਕ ਆ ਜੀ, ਰਾਸ਼ਨ ਕਾਰਡ ਦੀ ਆ ਜੂ ਜਾਂ ਜੇ ਫਾਰਮ ਦੀ, ਜੇਕਰ ਨਹੀਂ ਕੋਈ ਡਿਟੇਲਸ ਹੈਗੀ ਤਾਂ ਇੱਥੇ ਤੁਹਾਡਾ ਕੋਈ ਕਾਰਡ ਨਹੀਂ ਮਿਲਿਆ। ਠੀਕ ਆ ਜੀ, ਇਸ ਤਰ੍ਹਾਂ ਤੁਸੀਂ ਸਰਚ ਇੱਧਰ ਵੀ ਕਰ ਸਕਦੇ ਹੋ। ਉਸ ਤੋਂ ਬਾਅਦ ਜਿਹੜੇ ਵੀ ਵੀਰ ਜੇ ਫਾਰਮ ਨਾਲ ਜੀ ਬਣਾਉਣਾ ਚਾਹੁੰਦੇ ਨੇ ਉਹਨਾਂ ਬਾਰੇ ਦੱਸ ਦੇਣਾ, ਤਾਂ ਤੁਸੀਂ ਸਭ ਤੋਂ ਪਹਿਲਾਂ ਮੇਨ ਪੇਜ 'ਤੇ ਆ ਜਾਣਾ ਜੀ। ਤਾਂ ਕਈਆਂ ਦੇ ਰਾਸ਼ਨ ਕਾਰਡ ਨਹੀਂ ਹੁੰਦੇ, ਤਾਂ ਤੁਸੀਂ ਕੀ ਹੈ ਮੇਨ ਪੇਜ 'ਤੇ ਆਉਂਗੇ, ਤੁਹਾਡੇ ਸਾਹਮਣੇ ਇਸ ਤਰ੍ਹਾਂ ਇੱਕ ਆਪਸ਼ਨ ਆਊਗੀ ਜੀ ਚੈੱਕ ਐਲੀਜੀਬਿਲਿਟੀ, ਇਸ ਦੇ ਨੀਚੇ ਤੁਸੀਂ ਦੇਖੋਗੇ ਤੁਸੀਂ ਫੈਮਿਲੀ ਡੈਕੋਰੇਸ਼ਨ 'ਤੇ ਕਲਿੱਕ ਕਰਨਾ। ਠੀਕ ਆ ਜੀ, ਇੱਧਰ ਫੈਮਿਲੀ ਡੈਕੋਰੇਸ਼ਨ 'ਤੇ ਇਸ 'ਤੇ ਕਲਿੱਕ ਕਰੋਗੇ ਤਾਂ ਤੁਹਾਡੇ ਸਾਹਮਣੇ ਇਸ ਤਰ੍ਹਾਂ ਦਾ PDF ਆ ਜੂਗਾ ਜੀ। ਇਹ 2 ਪੇਜ ਨੇ ਜੀ, ਇੱਕ ਪਹਿਲਾਂ ਇੰਗਲਿਸ਼ ਯਾਨੀ ਕਿ ਪਹਿਲਾਂ ਪੰਜਾਬੀ ਹੈ, ਦੂਸਰਾ ਇੰਗਲਿਸ਼ ਦਾ। ਤਾਂ ਤੁਸੀਂ ਇਹਦੇ ਵਿੱਚੋਂ ਇੱਕ ਪ੍ਰਿੰਟ ਕਰ ਲਓ ਜੀ, ਪੇਜ ਨੰਬਰ 1। ਠੀਕ ਆ ਜੀ, ਇੱਥੇ ਜਿਹੜਾ ਵੀ ਪਰਿਵਾਰ ਦਾ ਮੁਖੀ ਆ ਜੀ, ਠੀਕ ਆ ਜੀ, ਜਿਹਦੇ ਨਾਲ 'ਤੇ ਜੇ ਫਾਰਮ ਦੱਸਦਾ ਯਾਨੀ ਕਿ ਪਰਿਵਾਰ ਦਾ ਮੁਖੀ ਆ, ਉਹਦਾ ਨਾਮ, ਉਹਦਾ ਡੈਡੀ ਦਾ ਨਾਂ ਜੀ, ਮਕਾਨ ਨੰਬਰ, ਪਿੰਡ, ਤਹਿਸੀਲ, ਅਤੇ ਉਹਦਾ ਜਿਹੜਾ ਕਿ ਨੰਬਰ ਤੁਸੀਂ ਇੱਥੋਂ ਸਰਚ ਕਰੋਗੇ ਜੀ ਬੈਨੀਫਿਸ਼ਰੀ ਤੋਂ ਜਾ ਕੇ, ਜਿਹੜਾ ਨਾਮ ਵਾਲਾ ਨੰਬਰ ਨਿਕਲੂਗਾ ਉਹ ਤੁਸੀਂ ਇੱਥੇ ਕੀ ਆ ਭਰ ਦੇਣਾ। ਠੀਕ ਆ ਜੀ, ਪਰਿਵਾਰ ਦੇ ਵਿੱਚ ਕੌਣ ਕੌਣ ਮੈਂਬਰ ਨੇ ਜੀ, ਉਹਨਾਂ ਨਾਲ ਕੀ ਉਹਨਾਂ ਦਾ ਰਿਲੇਸ਼ਨ ਆ ਜੀ, ਪਤਨੀ ਆ, ਪੁੱਤਰ ਨੇ, ਠੀਕ ਆ ਜੀ, ਨੂੰਹ ਨੇ, ਸਾਰਾ ਲਿਖ ਦੇਣਾ। ਉਹਨਾਂ ਦਾ ਆਧਾਰ ਕਾਰਡ ਨੰਬਰ ਭਰ ਦਿੰਦੇ ਜੀ ਇਹਦੀ ਸਾਈਡ 'ਤੇ, ਪੂਰੇ ਆਧਾਰ ਕਾਰਡ ਲਿਖ ਦਿਓ। ਠੀਕ ਆ ਜੀ,
उस तो बाद जी तुसी इत्थे की आ सरपंच दे जिहड़े ने दस्तखत जिहड़े पिंड चो सरपंच दे करा सकदे हो, एम सी दे सैन मुड़ करा सकदे हो, ते जिहड़े पर्सन दे ने जिहड़े तुसी बना रहे हो उहदा सैन अंगूठा लवा लो। उस तो बाद उहदे जी आधार कार्ड ते पैन कार्ड भी नाल लगूगा ओरिजिनल, तुसी पैन कार्ड ला सकदे कल्ला, ठीक है जी। इस तरह यह स्कैन होकर सारा परफॉर्मा नाल लगेगा, तो जिन्हों को राशन कार्ड बनया हुआ जी वह तो की आ अपना राशन कार्ड ही लाएंगे। तो इस तरह से बड़ी ही आसानी नाल यह जी जो सरकारी की स्कीम है, सरकारी स्कीम जी 5 लाख डॉक्टरी इलाज वाली, यही तो लाभ लै सकते हो उस तो, ठीक है। ये कार्ड बना के तो वीडियो वजिए लगी, वीडियो लाइक एंड शेयर वो कर दोस्तों, तो कि यह वीडियो किसी के काम आ सके जी। कोई तो सुझाव होगा जी, किसी टॉपिक की वीडियो देखना चाहते हो, जो पूछना चाहते हो नीचे कमेंट करके दस सकते हो। बहुत धन्यवाद जी।